ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਜੀ ਓਸਾਕਾ ਨੂੰ, ਜਪਾਨ ਨੂੰ ਛੱਡ ਕੇ ਜਾ ਰਹੇ ਹਾਂ ਕਿਸੇ ਨਵੀਂ ਕੰਟਰੀ ਦੇ ਵਿੱਚ। ਹੁਣ ਆਪਾਂ ਕਰ ਲੱਗੇ ਚੈੱਕਆਊਟ, ਅਤੇ ਤੁਹਾਨੂੰ ਦਿਖਾਉਂਦੇ ਹਾਂ ਹੋਟਲ ਦਾ ਸੀਨ। ਉਹ ਬਾਈ ਚੈੱਕਆਊਟ 'ਤੇ ਲਾਇਆ ਹੋਇਆ, ਅਤੇ ਆਹ ਆਪਣੇ ਹੋ ਗਏ ਦੋ ਲਗੇਜ। ਆਹ ਆਪਾਂ ਕੱਲ੍ਹ ਨਵਾਂ ਬਾਏ ਕੀਤਾ, ਆਹ ਪਹਿਲਾਂ ਵਾਲਾ, ਕਿਉਂਕਿ ਸ਼ੋਪਿੰਗ ਬਹੁਤ ਜ਼ਿਆਦਾ ਹੋ ਗਈ। ਤੁਸੀਂ ਦੇਖੋ ਕਿੱਦਾਂ ਢਿੱਡ ਜਾ ਇਹਦਾ ਬਾਹਰ ਨਿਕਲਣ ਲੱਗਦਾ ਫੁੱਲਿਆ ਹੋਇਆ। ਹੋਟਲ ਅਸੀਂ ਆਲਰੇਡੀ ਤੁਹਾਨੂੰ ਦਿਖਾ ਚੁੱਕੇ ਹਾਂ, ਦੇਖੋ ਤੁਸੀਂ ਕਿੰਨਾ ਵਧੀਆ ਹੋਟਲ ਹੈਗਾ ਇਹ। ਬਹੁਤ ਸ਼ਾਨਦਾਰ ਜਿਹੜਾ ਇਹ ਹੋਟਲ ਹੈਗਾ ਬਣਾਇਆ ਹੋਇਆ। ਉਹਦੇ ਸਾਈਡ ਰੈਸਟੋਰੈਂਟ ਹੈਗਾ ਬ੍ਰੇਕਫਾਸਟ ਕਰਨ ਦੇ ਲਈ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਕਿਸ ਤਰੀਕੇ ਦਾ ਹੈਗਾ। ਸੋ ਇਹ ਹੈਗਾ ਜੀ ਇੱਥੋਂ ਦਾ ਰੈਸਟੋਰੈਂਟ, ਦੇਖੋ ਕਿੰਨਾ ਸੋਹਣਾ। ਸੋ ਦੋਸਤੋ, ਹੁਣ ਬ੍ਰੇਕਫਾਸਟ ਕਰਨ ਦਾ ਟਾਈਮ ਹੈ ਨਹੀਂ ਸਾਡੇ ਕੋਲ, ਅਤੇ ਈਵਨ ਹਜੇ ਬ੍ਰੇਕਫਾਸਟ ਲੱਗਿਆ ਵੀ ਨਹੀਂ ਹੈਗਾ। ਅਤੇ ਹੁਣ ਚੱਲੇ ਹਾਂ ਆਪਾਂ ਮੈਟਰੋ ਲੈ ਕੇ ਕੰਸਾਈ ਏਅਰਪੋਰਟ ਉੱਤੇ, ਮਿਲਦੇ ਹਾਂ ਤੁਹਾਨੂੰ ਏਅਰਪੋਰਟ ਜਾ ਕੇ। ਲੋ ਵੀ ਦੋਸਤੋ, ਇਹ ਜਪਾਨ ਦਾ ਰੇਲਵੇ ਸਟੇਸ਼ਨ ਆ ਜਿਹੜਾ ਲੰਘ ਕੇ ਗਿਆ ਤੁਸੀਂ ਦੇਖਿਆ, ਅਤੇ ਉਹ ਪਿੱਛੇ ਹੈਗੇ ਜਪਾਨ ਦੇ ਪਹਾੜ, ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਜਪਾਨ ਦੇ ਪਹਾੜ ਨੇਗੇ। ਲੋ ਵੀ ਦੋਸਤੋ, ਜਿਹੜਾ ਬ੍ਰਿਜ ਹੈਗਾ ਨਾ ਆਪਣਾ ਰਾਤ ਵਾਲਾ, ਰੈੱਡ ਬ੍ਰਿਜ ਦੇ ਉੱਤੋਂ ਦੀ ਆ, ਜਿਹੜਾ ਰਾਤ ਤੁਹਾਨੂੰ ਆਪਾਂ ਵੀਡੀਓ 'ਚ ਦਿਖਾਇਆ ਸੀਗਾ ਐਕੁਏਰੀਅਮ ਟਾਈਮ। ਅਤੇ ਆਹ ਤੁਸੀਂ ਦੇਖੋ ਸ਼ਹਿਰ ਦਾ ਕਿੰਨਾ ਸੋਹਣਾ ਜਿਹੜਾ ਵਿਊ ਹੈਗਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈਗਾ। ਆਪਾਂ ਜਿਹੜੀ ਲਾਈਨ ਹੈਗੀ ਏਅਰਪੋਰਟ ਵਾਲੀ, ਬਿਲਕੁਲ ਬ੍ਰਿਜ ਦੇ ਫੇਰੀ ਜਿਹੜਾ ਆਪਣਾ ਵੀਲ ਹੈਗਾ, ਫੇਰੀ ਟੇਲ ਵੀਲਸ, ਉਹਦੇ ਕੋਲ ਦੀ ਲੰਘਦਾ ਤੁਸੀਂ, ਉਹ ਦੇਖੋ ਸਾਹਮਣੇ ਵੀਲ ਵੀ ਤੁਹਾਨੂੰ ਦਿਖੇਗਾ, ਦੇਖੋ ਜੀ ਬਹੁਤ ਸੋਹਣਾ ਲੱਗਦਾ ਜੀ ਇੱਥੇ। ਰਾਤ ਬਹੁਤ ਵਧੀਆ ਲੱਗਿਆ ਇੱਥੇ ਸਾਨੂੰ ਇੰਜੋਏ ਕਰਕੇ। ਲੋ ਵੀ ਦੋਸਤੋ, ਦੇਖੋ ਸਮੁੰਦਰ ਦਾ ਨਜ਼ਾਰਾ, ਪਰ ਮੂਹਰੇ ਜਾਲੀ ਲੱਗੀ ਹੋਈ ਹੈ ਉਹਦੇ ਕਰਕੇ ਸ਼ਾਇਦ ਤੁਹਾਨੂੰ ਸਾਫ਼ ਤਰੀਕੇ ਨਾਲ ਨਾ ਦਿਖ ਰਿਹਾ ਹੋਵੇ, ਪਰ ਸਾਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਦੋਸਤੋ ਬਿਲਕੁਲ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਉਹ ਏਅਰਪੋਰਟ ਦੀ ਬਿਲਡਿੰਗ ਆ। ਇਹ ਦੇਖੋ ਸਮੁੰਦਰ, ਕਿੱਡੀ ਲੰਬੀ ਲਾਈਨ ਆ ਜਿਹੜੀ ਮੈਟਰੋ ਦੀ ਇੱਥੇ ਚੱਲਦੀ ਹੈਗੀ, ਪਰ ਪਤੰਦਰ ਪਤਾ ਨਹੀਂ ਲੱਗਦੇ ਕਿੱਦਾਂ ਜਿਹੜੀ ਇਹ ਲਾਈਨ ਹੈਗੀ ਮੈਟਰੋ ਦੀ ਲਾਈਨ ਆ ਜਿਹੜੀ ਸਮੁੰਦਰ ਦੇ ਉੱਤੇ ਕਿਵੇਂ ਵਿਛਾਈ ਹੈ ਇਹ ਰੱਬ ਹੀ ਜਾਣਦਾ। ਬਹੁਤ ਲੰਬੀ ਲਾਈਨ ਹੈ, ਤਕਰੀਬਨ 2-3 ਕਿਲੋਮੀਟਰ ਦੀ ਹੋਊਗੀ ਨਾ। ਹਾਂਜੀ ਹਾਂ, 3-3.5 ਕਿਲੋਮੀਟਰ ਦੇ ਆਸ ਪਾਸ ਦੀ ਲਾਈਨ ਆ, ਅਤੇ ਸਮੁੰਦਰ 'ਚ 3 ਕਿਲੋਮੀਟਰ ਤੱਕ ਇੱਦਾਂ ਲੋਹੇ ਦੇ ਬ੍ਰਿਜ ਬਣਾ ਕੇ ਇਹਨੂੰ ਖੜ੍ਹਾ ਕਰਨਾ, ਪਤਾ ਨਹੀਂ ਕਿਹੜੀ ਟੈਕਨੋਲੋਜੀ ਇਹਨਾਂ ਕੋਲ। ਅਸੀਂ ਫਸਟ ਟਾਈਮ ਇਸ ਚੀਜ਼ ਨੂੰ ਇੰਜੋਏ ਕਰ ਰਹੇ ਹਾਂ। ਆਹ ਦੇਖੋ ਜੀ, ਉੱਧਰ ਨੂੰ ਸਮੁੰਦਰ ਦਾ ਜਿਹੜਾ ਕਿਨਾਰਾ ਹੈਗਾ ਆ ਚੁੱਕਿਆ ਹੈਗਾ, ਅਤੇ ਇੱਥੋਂ ਬਿਲਕੁਲ ਸਾਹਮਣੇ ਹੈਗੀ ਹੈ ਏਅਰਪੋਰਟ ਦੀ ਬਿਲਡਿੰਗ। ਲੋ ਵੀ ਦੋਸਤੋ, ਇਹ ਸੀਗਾ ਆਪਣਾ ਜਪਾਨ ਦੀ ਮੈਟਰੋ ਦੇ ਵਿੱਚ, ਜਪਾਨ ਏਅਰਲਾਈਨ ਦੇ ਵਿੱਚ, ਸੋਰੀ ਜਪਾਨ ਦੀ ਜਿਹੜੀ ਰੇਲ ਹੈਗੀ ਉਹਦੇ ਵਿੱਚ ਲਾਸਟ ਸਫ਼ਰ। ਅਤੇ ਹੁਣ ਆਪਾਂ ਐਗਜ਼ਿਟ ਕਰਨ ਲੱਗੇ ਹਾਂ ਮੈਟਰੋ ਸਟੇਸ਼ਨ ਤੋਂ, ਏਅਰਪੋਰਟ ਦੇ ਉੱਤੇ ਜਿਹੜਾ ਮੈਟਰੋ ਸਟੇਸ਼ਨ ਆ ਬਣਿਆ ਹੋਇਆ ਹੈਗਾ। ਅਤੇ ਹੁਣ ਚੱਲਦੇ ਹਾਂ ਆਪਾਂ ਆਪਣੇ ਡਿਪਾਰਚਰ ਦੇ ਵੱਲ, ਅਤੇ ਦਿਖਾਉਂਦੇ ਹਾਂ ਤੁਹਾਨੂੰ ਨਜ਼ਾਰਾ।
ਲਓ ਜੀ, ਟਰਮੀਨਲ 1 ਅਤੇ ਟਰਮੀਨਲ 2 ਸਾਹਮਣੇ ਲਿਖਿਆ ਆ ਗਿਆ। ਆਪਾਂ ਜਾਣਾ ਟਰਮੀਨਲ 1 ਦੀ ਤਰਫ ਅਤੇ ਉਹ ਆ ਗਿਆ ਜੀ ਸਾਹਮਣੇ ਆਪਣਾ ਟਰਮੀਨਲ 1। ਇਸ ਟਿਕਟ ਦੇ ਵਿੱਚ ਲੱਗੇ ਨੇ ਦੋਸਤੋ ਆਪਣੇ ਤਕਰੀਬਨ 1080 ਲੱਗੇ ਨੇ ਕਿ JR Line ਦੇ, ਅਤੇ 240 ਲੱਗੇ ਸੀਗੇ ਆਪਣੇ ਪਹਿਲਾਂ, ਤਕਰੀਬਨ 1300-1400 ਰੁਪਏ ਦੇ ਆਸ ਪਾਸ ਯਨ 1300-1400 ਯਨ ਦੇ ਆਸ ਪਾਸ ਆਪਣਾ ਜਿਹੜਾ ਕਿਰਾਇਆ ਹੈਗਾ ਉਹ ਲੱਗਿਆ। ਇੱਥੇ ਪਹੁੰਚ ਚੁੱਕੇ ਹਾਂਗੇ ਆਪਣੀ ਏਅਰਲਾਈਨ ਦੇ ਕਾਊਂਟਰ ਦੇ ਉੱਤੇ, ਬੈਗੇਜ ਕਰਾਉਣ ਲੱਗੇ ਹਾਂ ਜਮ੍ਹਾਂ। ਦੇਖੋ ਜੀ ਫਿਰ ਇਹ ਹੈ ਜੀ ਆਪਣੀ ਏਅਰਲਾਈਨ ਜਿੰਨੇਅਰ ਸੁਣ ਕੇ ਦੋਸਤੋ ਡਰੀ ਨਾ ਜਾਇਓ, ਇਹ ਜਿੰਨੇਅਰ ਹੈਗਾ ਇਹਦਾ ਨਾਮ ਜਿਹੜੀ ਆਪਾਂ ਏਅਰਲਾਈਨ ਯੂਜ਼ ਕਰਨ ਲੱਗੇ ਹਾਂਗੇ। ਜਿੰਨੇਅਰ ਦੇ ਵਿੱਚ ਫਸਟ ਟਾਈਮ ਫਲਾਈ ਕਰਾਂਗੇ, ਦੇਖਾਂਗੇ ਇਹਦਾ ਕਿੱਦਾਂ ਦਾ ਐਕਸਪੀਰੀਅੰਸ ਆ, ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝਾ ਕਰਾਂਗੇ। ਅਤੇ ਇਹ ਇੰਟਰਨੈਸ਼ਨਲ ਫਲਾਈਟ ਹੈਗੀ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ, ਪਹਿਲਾਂ ਕੀ ਹੁੰਦਾ ਸੀਗਾ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਕੋਈ ਚਾਹੇ ਛੋਟੀ ਹੈ ਚਾਹੇ ਵੱਡੀ ਹਰ ਇੱਕ ਨੂੰ ਫੂਡ ਵਗੈਰਾ ਜਿਹੜਾ ਅਵੇਲੇਬਲ ਹੁੰਦਾ ਸੀਗਾ ਫ੍ਰੀ ਆਫ ਕੋਸਟ। ਪਰ ਹੁਣ ਕੋਵਿਡ ਤੋਂ ਬਾਅਦ ਕੋਸਟ ਕਟਿੰਗ ਕਰਤੀ ਸਾਰਿਆਂ ਨੇ, ਇਹਨਾਂ ਨੇ ਜਿਹੜਾ ਫੂਡ ਵਗੈਰਾ ਦੇਣਾ ਉਹ ਬੰਦ ਕਰਤਾ। ਅਤੇ ਇਸ ਫਲਾਈਟ ਦੇ ਵਿੱਚ ਦੇਖਦੇ ਹਾਂ ਜਿੰਨੇ ਵਾਲੇ ਪਾਣੀ ਤੱਕ ਫ੍ਰੀ ਦਿੰਦੇ ਆ ਜਾਂ ਨਹੀਂ ਦਿੰਦੇ ਆ, ਕੀ ਸਿਸਟਮ ਆ, ਕਿਉਂਕਿ ਵਿੱਟ ਜੈੱਟ ਦਾ ਤੁਹਾਨੂੰ ਪਤਾ ਹੀ ਹੈਗਾ ਸਾਰਿਆਂ ਨੂੰ, ਜਿੱਦਾਂ ਤੁਹਾਨੂੰ ਐਕਸਪੀਰੀਅੰਸ ਦੱਸ ਚੁੱਕੇ ਹਾਂਗੇ। ਦੋਸਤੋ ਪਾਸਪੋਰਟ ਕਰ ਲੈਂਗੇ ਚੈੱਕ ਆਪਣੇ, ਅਤੇ ਉੱਧਰ ਸਾਹਮਣੇ ਹੈਗਾ ਗਾ ਬੈਲਟ ਏਰੀਆ, ਬੈਲਟ ਏਰੀਏ ਦੇ ਵਿੱਚ ਬੈਗੇਜ ਵਗੈਰਾ ਆਪਣੇ ਡਰੋਪ ਹੋ ਜਾਣੇ ਆ। ਅਤੇ ਇਹ ਕਰ ਰਿਹਾ ਚੈੱਕ ਆਪਣੇ ਪਾਸਪੋਰਟ ਇੰਡੀਅਨ। ਇਹ ਪਤੰਦਰ ਕਹਿੰਦਾ ਮੈਂ ਵੀਜ਼ਾ ਤੁਹਾਨੂੰ ਚੈੱਕ ਕਰਕੇ ਡੇਟਾ ਡੂਟਾ ਲਿਖ ਕੇ ਬੜਾ ਕੁਛ ਕਰਕੇ ਉਹ ਕਰੂੰ, ਕਹਿੰਦਾ ਵੀ ਇੰਡੀਅਨ ਪਾਸਪੋਰਟ ਮੇਰੇ ਕੋਲ ਆਇਆ ਹੀ ਬੜੀ ਪਹਿਲੀ ਵਾਰੀ ਆ, ਕਹਿੰਦਾ ਇੱਥੋਂ ਕਿਸੇ ਨੇ ਕਦੇ ਫਲਾਈਟ ਹੀ ਨਹੀਂ ਲਈ ਓਸਾਕਾ ਤੋਂ। ਪਤੰਦਰ ਪਹਿਲਾਂ ਕਨਫਿਊਜ਼ ਹੋ ਗਿਆ ਸੀਗਾ ਵੀ ਵੀਜ਼ਾ, ਕਹਿੰਦਾ ਨਹੀਂ ਪਾਸਪੋਰਟ 'ਤੇ ਵੀਜ਼ਾ ਦਿਖਾਓ। ਫਿਰ ਇਹਨੂੰ ਬੜੀ ਮੁਸ਼ਕਿਲ ਨਾਲ ਦੱਸਿਆ ਕਿ ਸਾਡਾ ਜਿਹੜਾ ਵੀਜ਼ਾ ਉਹ ਪਾਸਪੋਰਟ 'ਤੇ ਨਹੀਂ, ਸਾਡੇ ਕੋਲ ਈ ਵੀਜ਼ਾ ਹੈਗਾ ਕੋਰੀਆ ਦਾ। ਫਿਰ ਹੁਣ ਫਿਰ 6-5 'ਚ ਪਿਆ ਹੋਇਆ ਨੇ, ਸੀਨੀਅਰ ਬੁਲਾਇਆ ਆਪਦਾ, ਕਹਿੰਦਾ ਇੱਕ ਮਿੰਟ ਮੈਂ ਗੱਲ ਕਰਦਾ, ਅਤੇ ਔਨਲਾਈਨ ਚੈੱਕ ਕਰ ਰਿਹਾ ਇਹ। ਲਓ ਵੀ ਦੋਸਤੋ ਜਿਹੜਾ ਆਪਣਾ ਪਲੇਨ ਹੈਗਾ ਬੋਇੰਗ 777 ਆ, ਇਹ ਸੀਟਾਂ ਵੀ ਪਤੰਦਰ ਇੱਥੇ ਦੱਸਦੇ ਨੇ ਕਿ ਤੁਹਾਨੂੰ ਵੀ ਕਿਹੜੀ ਸੀਟ ਤੁਹਾਡੀ ਕਿਹੜੀ ਹੈਗੀ, ਪੂਰਾ ਮੈਚ ਕਰਕੇ ਦਿੰਦੇ ਕਿਹੜੀ ਰੋ ਦੇ ਵਿੱਚ ਕਿੱਥੇ ਸੀਟ ਆ ਤੁਹਾਡੀ। ਆਹ ਦੇਖੋ ਹੁਣ ਪਤੰਦਰ ਦੱਸ ਰਿਹਾ, ਆਹ ਕਹਿੰਦੇ ਬੈਗੇਜ ਕਲੇਮ ਜਿਹੜੇ ਹੈਗੇ ਨੇ ਆਪਣੇ, ਉਹਨਾਂ ਦੇ ਟੈਗ ਵਗੈਰਾ ਕੁਛ ਇੱਦਾਂ ਦੇ ਨੇਗੇ ਜਿੰਨੇਅਰ ਵਾਲਿਆਂ ਦੇ, ਇਹ ਤੁਸੀਂ ਰੀਡ ਕਰ ਸਕਦੇ ਹੋ। ਜਿੰਨੇਅਰ ਵਾਲਿਆਂ ਨੇ ਦੋਸਤੋ ਹੈਂਜਿਨ ਇੰਟਰਨੈਸ਼ਨਲ ਜਪਾਨ ਆ ਇੱਕ ਕੰਪਨੀ ਹੈਗੀ ਇੱਥੋਂ ਦੀ HR, ਉਹਨਾਂ ਨੂੰ ਮਤਲਬ ਠੇਕਾ ਦਿੱਤਾ ਹੋਇਆ ਹੈਗਾ ਇਹ ਇੰਪਲਾਈਜ਼ ਦਾ ਜਿਹੜੇ ਇੱਥੇ ਚੈੱਕ ਇਨ ਕਰਦੇ ਆ, ਕਿਉਂਕਿ ਜਿਹੜੇ ਇਹਨੇ ਟੈਗ ਪਾਇਆ ਹੋਇਆ ਹੈਗਾ ਉਹ ਹੈਂਜਿਨ ਇੰਟਰਨੈਸ਼ਨਲ ਜਪਾਨ ਦਾ, ਇਹਦੇ ਨਾਲ ਗੱਲ ਵੀ ਕਰੀ, ਇਹਨੇ ਪੁੱਛਿਆ ਵੀ ਆ, ਸੋ ਇਹਨੇ ਇਹੀ ਸਾਨੂੰ ਦੱਸਿਆ। ਸਕਿਉਰਿਟੀ ਚੈੱਕ ਆਪਣਾ ਹੋ ਗਿਆ ਅਤੇ ਹੁਣ ਆਪਾਂ ਚੱਲੇ ਹਾਂਗੇ ਇਮੀਗ੍ਰੇਸ਼ਨ ਕਰਾਉਣ ਦੇ ਲਈ, ਅਤੇ ਆਪਾਂ ਚੱਲੇ ਹਾਂ ਆਪਣੇ ਗੇਟਾਂ ਦੇ ਵੱਲ। ਅਤੇ ਇਹ ਹੈ ਜੀ ਡਿਊਟੀ ਫਰੀ ਜਪਾਨ ਦੇ ਓਸਾਕਾ ਸ਼ਹਿਰ ਦੀ ਕੰਸਈ ਏਅਰਪੋਰਟ ਦੀ। ਜਿਹੜੀ ਇੱਥੇ ਪਰਫਿਊਮ ਦੀ ਫ੍ਰੈਗਨੈਂਸ ਆ ਬਹੁਤ ਸੋਹਣੀ ਆ ਰਹੀ ਆ। ਅਤੇ ਹੁਣ ਆਪਾਂ ਚੱਲੇ ਹਾਂ ਆਪਣੇ ਗੇਟ ਦੇ ਵੱਲ, ਗੇਟ 'ਤੇ ਜਾ ਕੇ ਦੇਖਦੇ ਹਾਂ ਜਿੰਨੇਅਰ ਦਾ ਜਹਾਜ਼ ਕਿੱਦਾਂ ਦਾ, ਦਿਖਾਉਂਦੇ ਹਾਂ ਤੁਹਾਨੂੰ। ਦੋਸਤੋ ਇਹ ਹੈਗੀਆਂ ਨੇ ਜਪਾਨ ਦੀਆਂ ਮਹਿੰਗੀਆਂ ਦਾਰੂਆਂ ਜਿਹੜੀਆਂ ਏਅਰਪੋਰਟ 'ਤੇ ਰੱਖੀਆਂ ਹੋਈਆਂ, ਪਰ ਇੰਡੀਆ ਦੇ ਹਿਸਾਬ ਨਾਲ ਰੇਟ ਠੀਕ ਹੀ ਆ, ਜਿਹੜਾ ਆਪਾਂ ਇੰਡੀਆ ਦਾ ਰੇਟ ਦੇਖਿਆ ਸੀਗਾ ਉਹਦੇ ਨਾਲੋਂ ਘੱਟ ਹੀ ਆ ਇਹ। ਅਤੇ ਇਹਨਾਂ ਦੀ ਬੈਸਟ ਦੇਖੀ ਹੈ, ਬੈਸਟ ਸਾਹਮਣੇ ਪਈ ਆ ਬੈਸਟ ਸੈਲਰ 'ਚ, ਇਹ ਤਾਂ ਚਲੋ ਹਲਕੀਆਂ ਨੇ ਮੈਨੂੰ ਲੱਗਦਾ। ਪਰ ਆਹ ਦਾਰੂ ਦੀ ਬੋਤਲ ਦੋਸਤੋ ਸਭ ਤੋਂ ਮਹਿੰਗੀ ਆ ਇੱਥੇ, ਜਿਹੜੀ ਮੈਂ ਜਿੰਨੀਆਂ ਕਿਵੇਂ ਦੇਖੀਆਂ ਨੇ। ਨਹੀਂ ਆਹ ਵਾਲੀ ਇਹ ਹੈਗੀ ਹੈ ਜੀ 12 ਲੱਖ ਜਾਣੇ ਦੀ, ਮਤਲਬ 6-7 ਲੱਖ ਰੁਪਏ ਦੇ ਆਸ ਪਾਸ ਦੀ ਬੋਤਲ ਆ ਗਈ ਇਹ। ਦਿੱਲੀ ਏਅਰਪੋਰਟ 'ਤੇ ਦੋਸਤੋ ਆਪਣੇ ਜਿਹੜੀ ਬੋਤਲ ਦਾ ਮੈਕਸੀਮਮ ਰੇਟ ਸੀਗਾ ਤਕਰੀਬਨ ਸੀਗਾ 5 ਲੱਖ ਕੁਛ ਹਜ਼ਾਰ ਰੁਪਏ, ਜਿਹੜਾ ਤੁਸੀਂ ਆਪਣੀ ਲਾਸਟ ਵੀਡੀਓ 'ਚ ਦੇਖਿਆ ਹੋਣਾਗਾ।
ਅਤੇ ਇੱਥੇ ਜਿਹੜਾ ਮੈਂ ਰੇਟ ਦੇਖਿਆ ਹੈਗਾ ਇੱਥੇ 12 ਲੱਖ ਯੈਨ ਮਤਲਬ 7 ਕੁ ਲੱਖ ਰੁਪਏ ਦੇ ਆਸ ਪਾਸ ਦਾ ਜਿਹੜੀ ਬੋਤਲ ਹੈਗੀ ਉਹ ਇੱਥੇ ਅਵੇਲੇਬਲ ਆ। ਮੈਟਰੋ ਲੈ ਕੇ ਜਾਂਦੀ ਹੈ ਸਾਨੂੰ ਸਾਡੇ ਫਲਾਈਟ ਤੱਕ, ਮੈਟਰੋ ਦੇ ਵਿੱਚ ਜਾਵਾਂਗੇ ਹੁਣ ਆਪਾਂ ਆਪਣੇ ਪਲੇਨ ਦੇ ਤੱਕ, ਅਤੇ ਇੱਥੇ 5-5-10 ਮਿੰਟ ਬਾਅਦ ਮੈਟਰੋ ਆਉਂਦੀ ਰਹਿੰਦੀ ਹੈਗੀ, ਜ਼ਿਆਦਾ ਵੇਟਿੰਗ ਟਾਈਮ ਨਹੀਂ ਹੈਗਾ, ਅਤੇ ਅਸੀਂ ਹਾਰਡਲੀ 5-7 ਮਿੰਟ ਦੇ ਵਿੱਚ ਪਹੁੰਚ ਜਾਵਾਂਗੇ ਆਪਣੇ ਪਲੇਨ ਤੱਕ। ਅਤੇ ਉਦੋਂ ਪਹਿਲਾਂ ਜੇ ਡਿਊਟੀ ਫਰੀ 'ਤੇ ਕੋਈ ਹੋਰ ਸ਼ੋਪ ਹੋਈ ਜਾਂ ਕੁਝ ਹੋਰ ਦਿਖਾਉਣ ਨੂੰ ਦਿਖਾਉਣ ਵਾਲਾ ਹੋਇਆ ਤਾਂ ਦਿਖਾਵਾਂਗੇ, ਨਹੀਂ ਫਿਰ ਮਿਲਦੇ ਹਾਂ ਸਿੱਧਾ ਆਪਾਂ ਪਲੇਨ ਦੇ ਵਿੱਚ। ਇਹ ਹੈਗਾ ਜੀ ਦੁਬਈ ਵਾਂਗੂ ਟਰੈਕ ਮੈਟਰੋ ਦਾ, ਇੱਕ ਆ ਚੱਲੀ ਆ ਉੱਧਰ ਸਵਾਰੀਆਂ ਲੈਣ, ਆਹ ਦੇਖੋ ਇੱਕ ਹੋਰ, ਅਤੇ ਇਹ ਵੀ ਡਰਾਈਵਰ ਲੈਸ ਆ ਦੋਸਤੋ, ਆਟੋਮੈਟਿਕ ਬਣਾਇਆ ਹੋਇਆ ਸਾਰਾ ਸਿਸਟਮ ਇਹਨਾਂ ਨੇ। ਲੋ ਵੀ ਦੋਸਤੋ ਨਜ਼ਾਰਾ ਦੇਖੋ ਤੁਸੀਂ ਕੰਸਾਈ ਏਅਰਪੋਰਟ ਦਾ। ਲੋ ਵੀ ਦੋਸਤੋ ਆਪਣਾ ਜਿਹੜਾ ਪਲੇਨ ਹੈਗਾ ਆ ਕੇ ਖੜ ਗਿਆ ਇੱਥੇ, ਅਤੇ ਆਪਣਾ ਪਲੇਨ ਹੈਗਾ ਜੀ ਅੱਜ ਬੋਇੰਗ 777। ਨਜ਼ਾਰਾ ਆ ਜਾਣਾ, ਪਤਾ ਹੈਗਾ ਕਿ ਜਿਹੜਾ ਬੋਇੰਗ 777 ਪਲੇਨ ਆ ਇਹ 1 ਆਫ ਦਾ ਬਿਗੈਸਟ ਪਲੇਨ ਹੈਗਾ, ਅਤੇ ਇਹ 300 CV ਜਿੱਦਾਂ ਤੁਹਾਨੂੰ ਪਤਾ ਹੈ ਨਾ ਵੱਡਾ ਹੈਗਾ, ਪਰ ਇਹ ਬੋਇੰਗ 777 ਆ, ਇਹ 4-4 ਸੀਟਾਂ ਫਿਰ 3-3 ਸੀਟਾਂ ਸਾਈਡਾਂ 'ਤੇ ਹੁੰਦੀਆਂ ਨੇ, 3 ਜਾਂ 4 ਲੇਨ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਬਹਿੰਦੀਆਂ ਨੇ, ਇਹਦੇ 'ਚ ਅਪਰੋਕਸੀਮੇਟਲੀ 550 ਬੰਦੇ ਦੇ ਆਸ ਪਾਸ ਬਹਿ ਜਾਂਦਾ। ਉਹਨੂੰ ਦਿਖਾਉਂਦਾ ਮੈਂ, ਆਹ ਦੇਖੋ ਜੀ ਆ ਗਿਆ ਆਪਣਾ ਪਲੇਨ। ਇਸ ਪਲੇਨ ਦੇ ਉੱਤੇ ਅੱਜ ਆਪਾਂ ਸਫ਼ਰ ਕਰਨਾ ਹੈਗਾ ਆਪਣਾ ਇੱਕ ਨਵੀਂ ਕੰਟਰੀ ਦੇ ਲਈ। ਦੋਸਤੋ ਜਿਹੜੀ ਹੁਣ ਕੰਟਰੀ ਆਪਾਂ ਚੱਲੇ ਹਾਂ ਉਹ ਵੀ ਤੁਹਾਨੂੰ ਬਹੁਤ ਵਧੀਆ ਲੱਗੂਗੀ, ਅਤੇ ਤੁਸੀਂ ਵਧੀਆ ਚੀਜ਼ਾਂ ਦੇਖੋਗੇ ਉੱਥੇ ਵੀ। ਉੱਥੇ ਇੱਕ ਚੀਜ਼ ਆ ਬੜੀ ਮਸ਼ਹੂਰ, ਆਪਾਂ ਉਹਦਾ ਜਿਹੜਾ ਪਾਸ ਹੈਗਾ, ਈਵਨ ਅਸੀਂ ਬਹੁਤ ਟਰਾਈ ਕੀਤਾ ਸਾਨੂੰ ਉਹਦਾ ਪਾਸ ਮਿਲਿਆ ਨਹੀਂ, ਪਰ ਦੇਖਦੇ ਹਾਂ ਹੁਣ ਅਸੀਂ ਹਜੇ ਵੀ ਈਵਨ ਏਅਰਪੋਰਟ 'ਤੇ ਬੈਠੇ ਨੂੰ ਕਨੈਕਟ ਕਰ ਲਾਂਗੇ ਇੰਟਰਨੈਟ ਨਾਲ ਜੇ ਸਾਨੂੰ ਮਿਲੇ ਤਾਂ, ਅਤੇ ਅਸੀਂ ਆਪਣਾ ਕਨੈਕਟ ਕਰਕੇ ਉਹਦੀਆਂ ਟਿਕਟਾਂ ਬਾਏ ਕਰ ਲੈਣੀਆਂ ਨੇ, ਅਤੇ ਟਿਕਟਾਂ ਬਾਏ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਨਵੇਂ ਨਵੇਂ ਨਜ਼ਾਰੇ। ਜੁੜੇ ਰਹੋ ਦੋਸਤੋ ਆਪਣੇ ਵੀਡੀਓ ਦੇ ਨਾਲ, ਅਤੇ ਆਪਾਂ ਚੱਲਾਂਗੇ ਹੁਣ ਆਪਣੀ ਬੋਰਡਿੰਗ ਕਰਾਵਾਂਗੇ ਜਦੋਂ ਸਟਾਰਟ ਹੋਊਗੀ, ਕੁਛ ਖਾ ਪੀ ਲਈਏ। ਸਮਾਨ ਆਪਣੇ ਕੋਲ ਆ ਗਿਆ ਆਪਣਾ, ਆਹ ਦੇਖੋ ਜੀ ਸਾਰਾ ਸਿਸਟਮ ਆਪਣਾ ਡਨ ਆ, ਅਤੇ ਨਾਲ ਲਈ ਆਪਾਂ ਕੌਫੀ ਪੀਣ ਦੇ ਲਈ। ਕੌਫੀ ਆਹੀ ਸਸਤੀ ਬੜੀ ਆ ਕ੍ਰਾਫਟ ਬੌਸ ਦੀ, ਅਤੇ ਟੇਸਟੀ ਵੀ ਬਹੁਤ, ਆਪਣਾ ਇੰਡੀਅਨ ਟੱਚ ਆਉਂਦਾ ਇਹਦੇ ਵਿੱਚ। ਅਤੇ ਆਪਾਂ ਇੱਕ ਨਾਲ ਦਮਨ ਨੇ ਲਿਆ ਸਟ੍ਰੋਬਰੀ ਸ਼ੇਕ, ਅਤੇ ਹੋਰ ਵੀ ਕਾਫੀ ਕੁਝ ਆ ਖਾਣ ਪੀਣ ਲਈ, ਸੋ ਖਾਣੇ ਪੀਂਦੇ ਹਾਂ ਜੀ ਹੁਣ। ਲੋ ਵੀ ਦੋਸਤੋ ਬੋਰਡਿੰਗ ਪਾਸ ਕਰਾਉਣ ਲੱਗੇ ਹਾਂ ਸਕੈਨ, ਆਪਾਂ ਚੱਲੇ ਹਾਂ ਜੀ ਆਪਾਂ ਫਲਾਈਟ 'ਚ। ਲੋ ਵੀ ਦੋਸਤੋ ਬੋਰਡਿੰਗ ਪਾਸ ਹੋ ਗਿਆ ਸਕੈਨ, ਅਤੇ ਆਹ ਹੈਗੀ ਆ ਜੀ ਐਂਟਰੈਂਸ। ਦੇਖੋ ਨਜ਼ਾਰਾ ਫਲਾਈਟ ਦਾ, ਇਹ ਹੈ ਜੀ ਐਕਸਟਰਾ ਲੈਗ ਸਪੇਸ ਵਾਲੀ ਇਕੋਨੋਮੀ ਦੀ ਸੀਟਸ, ਆਪਣੀ ਸੀਟ ਥੋੜ੍ਹੀ ਜਿਹੀ ਹੈਗੀ ਹੈ ਪਿੱਛੇ, ਅਤੇ ਆਪਾਂ ਚੱਲੇ ਹਾਂ ਹੁਣ ਪਿੱਛੇ ਨੂੰ। ਲੋ ਵੀ ਦੋਸਤੋ ਦੇਖੋ ਬੋਇੰਗ 777 ਦੇ ਨਜ਼ਾਰੇ, ਕਿੰਨਾ ਵਧੀਆ ਪਲੇਨ ਆ ਇਹ, ਕਿਆ ਬਾਤਾਂ ਹੀ ਨੇ ਇਹਦੀਆਂ। ਅਤੇ ਆਪਣੀ ਸ਼ਾਇਦ ਆਹ ਵਾਲੀ ਸੀਟ ਹੈਗੀ, ਅਤੇ ਉਹਦੀ ਉੱਧਰ ਲਈ ਆ। ਇਹ ਆ ਦੋਸਤੋ ਬਾਹਰ ਦਾ ਨਜ਼ਾਰਾ ਪਲੇਨ ਦੇ ਵਿੱਚੋਂ ਬੋਇੰਗ 777 ਤੋਂ, ਅਤੇ ਮੈਂ ਇਸ ਵਕਤ ਬੈਠਾ ਐਮਰਜੈਂਸੀ ਸੀਟ ਦੇ ਉੱਤੇ, ਸੋ ਜਿਹੜੀ ਵਿੰਡੋ ਆ ਗਈ ਉਹ ਥੋੜ੍ਹੀ ਜਿਹੀ ਪਿੱਛੇ ਆ,
ਸੋ ਇਸ ਕਰਕੇ ਵਿਊ ਸ਼ਾਇਦ ਥੋੜ੍ਹਾ ਜਿਹਾ ਸਹੀ ਨਹੀਂ ਆ ਰਿਹਾ, ਬਟ ਟਰਾਈ ਕਰ ਰਹੇ ਹਾਂ ਆਪਾਂ। ਅਤੇ ਇਹ ਹੈਗਾ ਸਾਰਾ ਪਲੇਨ, ਇਹ ਸਾਰੀਆਂ ਗਾਈਡਲਾਈਨਸ ਨੇਗੀਆਂ। ਤੁਸੀਂ ਇਹਨੂੰ ਇੰਗਲਿਸ਼ ਦੇ ਵਿੱਚ ਹੈਗੀਆਂ ਨੇ, ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਪੌਜ਼ ਕਰਕੇ। ਇਹ ਜਿਹਨੇ ਫੋਕਰ ਕੀ ਵਾ ਹੋਰ ਯਾਰ ਇਹ ਰੋ ਰੇਡੀਓ ਸੌਫਟਵੇਅਰ ਸ਼ੋਅ।